ਗੁਰੂ ਕਿਰਪਾ ਮੁੜ ਕੇ ਪੱਗ ਲਵਾ ਕੇ ਤੇ ਘਰ ਨੂੰ ਤੁਰੇ ਆਉਂਦੇ ਆ। ਉਹ ਜਿਨ੍ਹਾਂ ਨੇ ਤੇਰੀ ਪੱਗ ਲਾਈ ਹੈ, ਜੇ ਤੂੰ ਕਿਤੇ ਗੱਤਕਾ ਸਿੱਖਿਆ ਹੁੰਦਾ ਨਾ ਤੇ ਤੂੰ ਸਾਰਿਆਂ ਨੂੰ ਅੱਗੇ ਲਾ ਲੈਣਾ ਸੀ। ਆਓ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਵੱਡੀਆਂ ਵੱਡੀਆਂ ਬਖਸ਼ਾਂ ਕੀਤੀਆਂ ਉਹਨਾਂ ਦੀ ਸੰਭਾਲ ਕਰੀਏ। ਭਾਈ ਜਗਤਾਰ ਸਿੰਘ ਹਵਾਰੇ ਦੀ ਕਵਿਤਾ ਛੰਦ ਦਾ ਸਿਰ ਲੇਖ ਹੈ, ਜੋ ਸਾਡੀ ਨਜ਼ਰ ਚ ਜੋਧੇ ਨੇ ਤੈਨੂੰ ਨੀ ਤੈਨੂੰ ਕਾਤਲ ਲੱਗਣ ਹਵਾਰੇ ਨੀ, ਬਸ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਸਾਡੀ ਬਣਦੀ ਨੀ ਸਰਕਾਰੇ ਨੀ ਸਰਕਾਰੇ ਨੀ। ਜੋ ਸਾਡੀ ਨਜ਼ਰ ਚ ਸਾਡੀ ਬਣਦੀ ਨੀ ਸਰਕਾਰੇ ਨੀ, ਸਾਡੀ ਨਜ਼ਰ ਚ ਕਾਤਲ ਲੱਗਣ ਹਵਾਰੇ ਨੀ, ਬਸ ਇਸੇ ਕਰਕੇ ਤੇਰੇ ਨਾਂ ਸਾਡੀ ਬਣਦੀ ਨੀ ਸਰਕਾਰੇ ਨੀ, ਬਸ ਇਸੇ ਕਰਕੇ ਤੇਰੇ ਸਾਡੀ ਬਣਦੀ ਨੀ ਸਰਕਾਰੇ ਨੀ। ਲਾਲ ਕਿਲੇ ਦੀ ਰਾਣੀ ਤੇਰੇ ਖਸਮ ਵੀ ਤਾਜ ਵਾਲੇ ਨੇ, ਅਸੀਂ ਵਾਰਸ ਕੱਚੀਆਂ ਗੜੀਆਂ ਦੇ ਸਾਨੂੰ ਪਾਇਆ ਬਾਜਾ ਵਾਲੇ ਨੇ। ਲਾਲ ਕਿਲੇ ਦੀ ਰਾਣੀ ਤੇਰੇ ਖਸਮ ਵੀ ਤਾਜਾ ਵਾਲੇ ਨੇ, ਅਸੀਂ ਵਾਰਸ ਕੱਚੀਆਂ ਗੜੀਆਂ ਦੇ ਸਾਨੂੰ ਪਾਇਆ ਬਾਜਾ।
ਸਾਡੀ ਬਣਦੀ ਨਹੀਂ ਸਰਕਾਰ ਕਿਸੇ ਤੇ ਵਾਧਾ ਕਰੋ ਨਾ ਵਾਧਾ ਜਰੋ, ਸਿੱਖੀ ਵਿੱਚ ਪੂਰੇ ਹੋ ਖੰਡੇ ਬਾਟੇ ਦਾ ਅਮਰ ਛਕੋ। ਸਿੱਖਾ ਜਦੋਂ ਤੂੰ ਆਪਣਾ ਸਵੇਰੇ ਉੱਠ ਕੇ ਮੂੰਹ ਵੇਖੇ, ਤੇਰੇ ਮੂੰਹ ਉੱਤੇ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਦਾੜਾ ਹੋਵੇ, ਤੇਰੇ ਸਿਰ ਤੇ ਕੇਸ ਹੋਣ, ਤੇਰੇ ਕੇਸਾਂ ਚ ਕੰਘਾ ਹੋਵੇ, ਤੇਰੇ ਸਿਰ ਤੇ ਸੁੰਦਰ ਦਸਤਾਰ ਹੋਵੇ, ਤੇਰੇ ਡੌਲੇ ਵਿੱਚ ਸਰਬ ਲੋਹ ਦਾ ਕੜਾ ਹੋਵੇ, ਤੇਰੀ ਢਾਕ ਤੇ ਸਾਹਿਬਾਂ ਦੀ ਬਖਸ਼ੀ ਸ੍ਰੀ ਸਾਹਿਬ ਹੋਵੇ, ਤੇਰੇ ਤੇੜ ਜਾਸਾ ਦੀ ਨਿਸ਼ਾਨੀ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਕਸ਼ਹਿਰਾ ਹੋਵੇ, ਤੇ ਸਵਾਸ ਸਵਾਸ ਕਲਗੀਆਂ ਵਾਲਾ ਬੈਠਾ ਸਾਡੇ ਹਿਰਦੇ ਚ ਨਜ਼ਰ ਆਵੇ,
ਫਿਰ ਖਾਲਸੇ ਦੀ ਤਸਵੀਰ ਮੁਕੰਮਲ ਹੁੰਦੀ ਹੈ। ਇਹ ਦਾਤ ਸਾਨੂੰ ਸਭਨਾਂ ਨੂੰ ਗੁਰੂ ਦੇ ਦਰਬਾਰ ਵਿੱਚੋਂ ਮਿਲੇ। ਭਾਈ ਕਾਬਲ ਸਿੰਘ ਜੀ ਕਵੀਸ਼ਰ ਸੋਹੀ ਭਰਾਵਾਂ ਦਾ ਜਥਾ, ਜਿਨ੍ਹਾਂ ਨੇ ਇਸ ਪ੍ਰਬੰਧਕ ਕਮੇਟੀ ਨੇ ਸਾਨੂੰ ਸਮੂਹ ਵੀਰਾਂ ਨੇ ਯਾਦ ਕਰਕੇ ਦੋਹਰੀ ਵਾਰਾ ਸਮਾਂ ਜੋ ਸੇਵਾ ਦਾ ਮੌਕਾ ਬਖਸ਼ ਕੀਤਾ। ਧੰਨਵਾਦ ਕਰਦੇ ਸਮੂਹ ਪ੍ਰਬੰਧਕਾਂ ਦਾ, ਠਾਠਾ ਮਾਰਦਾ ਇਕੱਠ ਜੋ ਇਹਨਾਂ ਮਿਹਨਤ ਕੀਤੀ, ਜਗ੍ਹਾ ਜਗ੍ਹਾ ਤੇ ਪੋਸਟਰ ਲਾਏ, ਬੈਨਰ, ਉਹਦਾ ਪਿਆਰ ਦਾ ਸਦਕਾ ਤੁਸੀਂ ਸੰਗਤ ਵਿੱਚ ਪਹੁੰਚੇ, ਜੋ ਸਾਰੀਆਂ ਸੰਗਤਾਂ ਨੇ ਮਾਣ ਸਨਮਾਨ ਕੀਤਾ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਦੀਆਂ ਸੰਗਤਾਂ ਦਾ। ਆਉਣ ਵਾਲੇ ਜਥੇ ਨੂੰ ਜੀਆ ਆਖਿਆ, ਜੀ ਆਇਆ ਆਖੋ, ਸਾਰੀ ਸੰਗਤ ਪਿਆਰ ਸਹਿਤ ਸੀ ਚਕਾਓ, ਇਹ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।